ਸੰਗਰੂਰ ਪੁਲਿਸ ਨੇ ਸਿਟੀ ਪੁਲਿਸ ਸਟੇਸ਼ਨ ਤੇ ਦਰਜ ਦੋ ਠੱਗੀ ਮਾਮਲਿਆਂ ਵਿੱਚ ਇੱਕ ਨੌਜਵਾਨ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਜਿਸ ਨੇ ਇੱਕ ਨਿੱਜੀ ਕੰਪਨੀ ਵਿੱਚ ਪੈਸੇ ਲਗਵਾਉਣ ਦੇ ਨਾਂ ਤੇ ਪਹਿਲਾਂ ਇੱਕ ਸਾਬਕਾ ਪੁਲਿਸ ਇੰਸਪੈਕਟਰ ਤੋਂ 5 ਲੱਖ ਅਤੇ ਇੱਕ ਸੁਵਿੰਦਰ ਕੁਮਾਰ ਤੋਂ 30 ਲੱਖ ਦੀ ਠੱਗੀ ਕੀਤੀ ਹੈ ਹੁਣ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਜਿਹੜਾ ਬੰਦਾ ਫੜਿਆ ਜੀ ਇਹਦਾ ਨਾਂ ਹੈਗਾ ਗੁਰਪਿੰਦਰਪਾਲ ਸਿੰਘ ਪਾਲੀ ਹੈ ਸਨ ਆਫ ਸੁਖਵਿੰਦਰ ਸਿੰਘ ਹੈ ਇਹ ਕਰਾਊਨ ਕੰਪਨੀ 'ਚ ਕੰਮ ਕਰਦਾ ਸੀਗਾ ਉਦੋਂ ਇਹਨੇ ਕਾਫੀ ਲੋਕਾਂ ਤੋਂ ਮਤਲਬ ਪੈਸੇ ਲੈ ਕੇ ਕੰਪਨੀ ਦੇ ਵਿੱਚ ਲਵਾਏ ਸੀ ਔਰ ਉਸ ਕੰਪਨੀ ਨੇ ਕਾਫੀ ਲੋਕਾਂ ਨਾਲ ਵੱਡੀ ਮਾਤਰਾ ਦੇ ਵਿੱਚ ਇਹ ਠੱਗੀ ਕੀਤੀ ਸੀ ਇੱਥੇ ਸਿਟੀ ਕਤਵਾਲੀ ਆਪਣੇ ਸਿਟੀ ਸੰਗਰੂਰ ਦੇ ਵਿੱਚ ਇਹਦੇ ਖਿਲਾਫ਼ 2 ਮੁਕੱਦਮੇ ਦਰਜ ਹੈ ਇੱਕ ਮੁਕੱਦਮਾ ਹੈਗਾ ਸਾਡੇ ਰਿਟਾਇਰ ਥਾਣੇਦਾਰ ਚਮਕੌਰ ਸਿੰਘ ਵੱਲੋਂ ਇਹਦੇ 'ਚ ਇਹਨਾਂ ਨੇ 5 ਲੱਖ ਦੀ ਠੱਗੀ ਮਾਰੀ ਹੈ ਇੱਕ ਮੁਕੱਦਮਾ ਇਹਦੇ ਖਿਲਾਫ਼ ਹੋਰ ਹੈ ਉਹ ਜਿਹੜਾ ਹੈਗਾ ਸ਼ਵਿੰਦਰ ਕੁਮਾਰ ਵੱਲੋਂ ਹੈ ਉਹਦੇ 'ਚ ਇਹਨਾਂ ਨੇ 30 ਲੱਖ ਦੀ ਠੱਗੀ ਮਾਰੀ ਹੈ ਇਹ ਹੁਣ ਇੱਥੋਂ ਸਰਬੀਆ ਨੂੰ ਜਾ ਰਿਹਾ ਸੀਗਾ ਅਸੀਂ ਇਸ ਮੁਕੱਦਮੇ ਦੇ ਸੰਬੰਧ ਵਿੱਚ LOC ਜਾਰੀ ਕੀਤੀ ਸੀ ਅਤੇ LOC ਦੇ ਆਧਾਰ 'ਤੇ ਜਦੋਂ ਇਹ ਉੱਥੋਂ ਜਾ ਰਿਹਾ ਸੀਗਾ ਅਤੇ ਉਹ ਸਾਨੂੰ 에ਅਰਪੋਰਟ ਤੋਂ ਮੈਸੇਜ ਆ ਗਿਆ ਅਸੀਂ ਇਹਨੂੰ ਉੱਥੋਂ ਜਾ ਕੇ ਗ੍ਰਿਫਤਾਰ ਕੀਤਾ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਇਹ ਜੀ ਸਰਬੀਆ ਜਾ ਰਿਹਾ ਸੀ ਥਰੂ ਸਰਬੀਆ ਇਹ ਅੱਗੇ ਇਹਨੇ ਨਿਊਜ਼ੀਲੈਂਡ ਨੂੰ ਜਾਣਾ ਸੀਗਾ ਅਤੇ ਦੇਸ਼ ਛੱਡ ਕੇ ਜਾ ਰਿਹਾ ਸੀ ਇਸ ਸੰਬੰਧੀ ਸਾਡੇ ਕੋਲ ਹੁਣ ਕਾਫੀ ਕੰਪਲੇਂਟਸ ਆ ਰਹੀਆਂ ਨੇ ਜਿਹਦੇ ਵਿੱਚ ਕਿ 1-2 ਹੈਗੇ ਆ ਇਸ ਵੱਡੇ ਲੈਵਲ ਦੀਆਂ ਵੀ ਅਸੀਂ 4 ਕਰੋੜ ਲੈਣਾ ਕੋਈ ਕਹਿੰਦਾ ਅਸੀਂ 2 ਕਰੋੜ ਲੈਣਾ ਉਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਹੈ ਉਹਨਾਂ ਦੇ ਸੰਬੰਧ ਵਿੱਚ ਵੀ ਅਸੀਂ ਵੈਰੀਫਾਈ ਕਰਕੇ ਜੋ ਲੋੜੀਂਦੀ ਕਾਰਵਾਈ ਆ ਉਹ ਕਰਾਂਗੇ ਫਿਲਹਾਲ ਤਾਂ ਇਹਦੀ ਇਕੱਲੀ ਗ੍ਰਿਫਤਾਰੀ ਹੋਈ ਆ ਬਰਾਮਦਗੀ ਤਾਂ ਹੋਈ ਨਹੀਂ ਹੁਣ ਇਹਦਾ ਰਿਮਾਂਡ ਲੈ ਕੇ ਜੋ ਵੀ ਹੋਊਗਾ ਉਹ ਅੱਗੇ ਅਸੀਂ ਕਾਰਵਾਈ ਕਰਾਂਗੇ ਇਹਦੇ ਬਾਰੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਸਾਰੇ ਪੈਸੇ ਨੇ ਕੰਪਨੀ 'ਚ ਲਾਏ ਆ ਕਿ ਕੁਛ ਪੈਸੇ ਨੇ ਆਪ ਰੱਖੇ ਆ ਇਹਦੇ ਬਾਰੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਇਹ ਜ਼ੀਰਕਪੁਰ ਇਹਨੇ ਫਲੈਟ ਰੱਖਿਆ ਰੈਂਟ 'ਤੇ ਪਹਿਲਾਂ ਇੱਥੇ ਰਹਿੰਦਾ ਸੀ ਇੱਥੋਂ ਇਹ ਪ੍ਰੋਪਰਟੀ ਵੇਚ ਕੇ 2015 'ਚ ਪਹਿਲਾਂ ਇਹ ਕੈਨੇਡਾ ਗਿਆ ਸੀ ਉਸ ਤੋਂ ਬਾਅਦ ਇਹ 2016 'ਚ ਵਾਪਸ ਆ ਗਿਆ 2016 'ਚ ਵਾਪਸ ਜਾ ਕੇ 2017 'ਚ ਫਿਰ ਕੈਨੇਡਾ ਚਲਿਆ ਗਿਆ ਸੀ ਫਿਰ 2018 'ਚ ਫਿਰ ਇਹ ਵਾਪਸ ਆ ਗਿਆ ਸੀਗਾ ਅਤੇ ਹੁਣ ਇਹ ਮਤਲਬ ਇੱਥੋਂ ਪੰਜਾਬ ਛੱਡ ਕੇ ਥਰੂ ਸਰਬੀਆ ਇਹ ਨਿਊਜ਼ੀਲੈਂਡ ਸੈੱਟ ਹੋਣ 'ਤੇ ਤਾਕਤ ਸੀਗਾ ਕਿਉਂਕਿ ਇਹਦੀ ਵਾਈਫ ਉੱਥੇ ਨਿਊਜ਼ੀਲੈਂਡ ਉੱਥੋਂ ਦੀ ਉੱਥੇ ਕੰਮ ਕਰ ਰਹੀ ਹੈ